ਤਨ ਨੂੰ ਆਕੇ ਗੁਰੂ ਜਿਓ ਤੁਜਿਉ ਉਪ just uh -huh. ਤੂੰ ਪਿਆਰੇ ਹਮ ਅਪਰਾਧੀ ਸਦਪੂ ਸواری 사ਤ ਸੰਗਤ ਜਿਓ ਸਤਗੁਰੂ ਗੁਰੂ ਤੇ ਬਹਾਦਰ ਪਤਾ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੁਣਾ ਦਾ ਗਾਇਨ ਕਰ ਰਿਹਾ ਤਾਂ ਕਿ ਸਾਡੇ ਅੰਦਰ ਸਤਪੁਰਾਂ ਦੇ ਪਿਆਰ ਵਿੱਚ ਭਿੱਜਣ ਨਿਰੰਕਾਰ ਦੀਆਂ ਰਹਿਮਤਾਂ ਦੇ ਹਿੱਸੇਦਾਰ ਬਣੀਏ ਜ਼ਿੰਦਗੀ ਦੇ ਅੰਦਰ ਉਦਾਸਪਣਾ ਕਲੇਸ਼ਪਣਾ ਖੁਸ਼ਕ ਜਿਹਾ ਜੀਵਨ ਈਸ਼ ਨੂੰ ਛੱਡ ਕੇ ਕੋਈ ਸ਼ੁਕਰਾਂ ਦੀ ਜ਼ਿੰਦਗੀ ਜਿਉ ਸਕੀਏ ਆਓ ਸਤਿਗੁਰੂ ਗੁਰੂ ਤੇ ਬਹਾਦਰ ਸਾਹਿਬ ਪਿਤਾ ਜੀ ਦੇ ਚਰਨਾਂ ਦਾ ਧਿਆਨ ਤਰੀਏ ਅੰਦਰ ਦਾ ਟਿਕਾਉ ਮੰਗੀਏ ਤੇ ਬਣਾਈਏ ਵੀ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਓ ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਗੁਰੂ ਤੇ ਬਹਾਦਰ ਸਾਹਿਬ ਪਿਤਾ ਮਹਾਰਾਜ ਜੀ ਨੇ ਜੋ ਜਗਤ ਮੇਹਰਾਂ ਕੀਤੀਆਂ ਜਦੋਂ ਉਹਨਾਂ ਦੇ ਦਰਸ਼ਨ ਦੀਦਾਰ ਕਰੀ ਦੇਖਣ ਬਦੋ ਬਦਿ ਸਤਗੁਰਾਂ ਦੇ ਚਰਨਾਂ ਵਿੱਚ ਸਿਰ ਝੁਕਦਾ ਹੈ ਸਤਗੁਰੂ ਕਿਤਨੇ ਨੇੜੇ ਖੋ ਕੇ ਸਾਡੀਆਂ ਝੋਲੀਆਂ ਪਰ ਦੇਖਾਂ ਨੂੰ ਪੁਰਾਣੇ ਇਤਿਹਾਸ ਵਿੱਚ ਸੁਣਦੇ ਆ ਕਿ ਕਿਵੇਂ ਲੋਕਾਂ ਨੂੰ ਰੱਬ ਕੋਲੋਂ ਦਾਤਾਂ ਲੈਣ ਲਈ ਘਰ-ਬਾਰ ਤਿਆਗਣੇ ਪੈਂਦੇ ਅਨੇਕਾਂ ਸਰੀਰ ਨੂੰ ਕਸ਼ਟ ਦੇਣ ਤੋਂ ਬਾਅਦ ਵੀ ਫਿਰ ਵੀ ਸਭੋ ਕੁਝ ਨਹੀਂ ਮਿਲਦਾ ਜ਼ਿੰਦਗੀ ਦਾ ਇੱਕ ਹਿੱਸੇ ਵਿੱਚ ਕੁਝ ਦਾਤਾਂ ਮਿਲਦੀਆਂ ਬਾਕੀ तमाम ਸੁੱਖਾਂ ਤੋਂ ਇਨਸਾਨ ਵਾਂਝਾ ਰਹਿੰਦਾ ਪਰ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਹੈ ਸਤਿਗੁਰੂ ਜੀ ਦਇਆਵਾਨ ਹੋ ਕੇ ਆਮ ਲੋਕਾਂ ਦੇ ਕੋਲ ਪਹੁੰਚ ਪਹੁੰਚ ਕੇ ਉਹਨਾਂ ਨੂੰ ਜ਼ਿੰਦਗੀ ਜਿਉਣ ਦੀ ਜਾਚ ਵੀ ਦੱਸ ਦੇਖਣ ਜ਼ਿੰਦਗੀ ਵਿੱਚ ਆਈਆਂ ਕਮਜ਼ੋਰੀਆਂ ਨੂੰ ਦੂਰ ਕਰ ਦੇਖਣ ਜ਼ਿੰਦਗੀ ਵਿੱਚ ਜਿਹੜੀਆਂ ਇੱਛਾਵਾਂ ਅਧੂਰੀਆਂ ਨੇ ਜਿਹਦੇ ਕਰਕੇ ਇਨਸਾਨ ਦੁਖੀ ਉਹਨਾਂ ਨੂੰ ਆਪਣੇ ਕੋਲੋਂ ਬਚਨ ਦੇ ਕੇ ਸੰਪੂਰਨ ਕਰ ਦੇ ਕਹਨ ਗੱਲ ਕੀ ਜਿੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬੋਲ ਪਹੁੰਚਦੇ ਨੇ ਇਕਦਮ ਉਸ ਇਨਸਾਨ ਦੀ ਜ਼ਿੰਦਗੀ ਬਦਲ ਕੇ ਕਿਸੇ ਸ਼ੁਕਰ ਤੇ ਪਿਆਰ ਵਿੱਚ ਭਜ ਜਾਂਦੀ ਹੈ ਜਿੱਤਨਾ ਵੀ ਗੁਰੂਖੇ ਪਿਆਰੋ ਸਤਗੁਰੂ ਜੀ ਦੇ ਘਰ ਦੀ ਵਡਿਆਈ ਸਮਝਣੀ ਖੋਵੇ ਤਾਂ ਚੇਤਾ ਰੱਖਿਏ ਜੋ ਸਤਪੁਰਾਂ ਦੀ ਮੁਬਾਰਕ ਰਸਨਾ ਤੋਂ ਸੁਭ ਬਚਨ ਨਿਕਲਦੇ ਨੇ ਉਹਨਾਂ ਬਚਨਾਂ ਦੀ ਕੀਮਤ ਹੈ ਕਈ ਵਾਰ ਇਹ ਗਿਲਾ ਕੀਤਾ ਜਾਂਦਾ ਹੈ ਪਰ ਉਹ ਕਿੰਨਾ ਸਮਾਂ ਚੰਗਾ ਸੀ ਜਦੋਂ ਸਤਗੁਰੂ ਗੁਰੂ ਨਾਨਕ ਸਾਹਿਬ ਪਿਤਾ ਜੀ ਸ਼ਰੀਰ ਕਰਕੇ ਮੌਜੂਦ ਸਨ ਉਹ ਕਿਤਨੀਆਂ ਭਾਗਾਂ ਵਾਲੀਆਂ ਰੂਹਾਂ ਸਨ ਜਿਹੜੀਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵਕਤ ਉਦੋਂ ਮੌਜੂਦ ਸਨ ਤੇ ਦਰਸ਼ਨ ਕਰਦੀਆਂ ਸੀ ਪਿਆਰਿਓ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹ ਰੂਹਾਂ ਧੰਨ ਜਿਨ੍ਹਾਂ ਨੇ 10 ਗੁਰੂ ਸਹਿਬਾਨਾਂ ਵਿੱਚੋਂ ਕਿਸੇ ਵੀ ਇੱਕ ਸੂਰੂਪ ਦੀ ਚਰਨ ਧੂੜੀ ਲਈ ਪਰ ਕੀ ਆਪਾਂ ਘੱਟ ਭਾਗਾਂ ਵਾਲੇ ਆ ਉਦੋਂ ਕੇਵਲ ਇੱਕ ਸਰੂਪ ਦੇ ਦਰਸ਼ਨ ਖੁੰਦੇ ਸੀ ਅੱਜ ਦਸਾਂ ਹੀ ਗੁਰੂ ਸਹਿਬਾਨਾਂ ਦੀ ਜੋਤ ਸ੍ਰੀ ਗੁਰਗ੍ਰੰਥ ਸਾਹਿਬ ਪਿਤਾ ਜੀ ਵਿੱਚ ਜੋ ਵਰਤਰੀ ਹੈ ਇੱਕੋ ਵਕਤ 10 ਗੁਰੂ ਸਹਿਬਾਨਾਂ ਦੀ ਜੋਤ ਦੇ ਦਰਸ਼ਨ دیدار ਖੋ ਰਹੇ ਨੇ ਜਿਨ੍ਹਾਂ ਨੂੰ ਸ੍ਰੀ ਗੁਰਗ੍ਰੰਥ ਸਾਹਿਬ ਦੇ ਦਰਸ਼ਨ ਖੋ ਰਹੇ ਨੇ ਉਹ ਆਪ ਉਹ ਆਪਣੇ ਆਪ ਨੂੰ ਭਾਗਾ ਵਾਲੇ ਸਮਝਣ ਗਿਲਾ ਤੇ ਸ਼ਿਕਵੇ ਦੀ ਲੋੜ ਨਹੀਂ ਕਿਉਂਕਿ ਸਤਿਗੁਰੂ ਜੀ ਖਾਦਰ ਨਾ ਮੌਜੂਦ ਨੇ ਉਦੋਂ ਵੀ ਜਿਨ੍ਹਾਂ ਦੀ ਭਾਵਨਾ ਸੀ ਸ਼ਰਧਾ ਸੀ ਉਹਨਾਂ ਨੂੰ ਸਤਿਗੁਰੂ ਜੀ ਕੋਲੋਂ ਲਾਭ ਮਿਲਦਾ ਸੀ ਜਿਨ੍ਹਾਂ ਦੀ ਭਾਵਨਾ ਨਹੀਂ ਉਹ ਤਾਂ ਸਤਿਗੁਰੂ ਨੂੰ ਬੇਤਾਲਾ ਵੀ ਕਹਿੰਦੇ ਰਹੇ ਵੱਟੇ ਵੀ ਮਾਰਦੇ ਰਹੇ ਘਰ ਆਏ ਸਤਿਗੁਰਾਂ ਨੂੰ ਦਰਵਾਜ਼ੇ ਤੋਂ ਮੋੜਦੇ ਰਹੇ ਸਤਿਗੁਰੂ ਕਈ ਵਾਰ ਇੱਕ ਪੀੜ ਜੀ ਨਹੀਂ ਤਾਂ ਮੰਗਦੇ ਬੈਠਣ ਲਈ ਤਾਂ ਕਿ ਤੁਹਾਨੂੰ ਦਾਤਾ ਮੰਡਾਗੇ ਉੱਚੇ ਬੈਠ ਕੇ ਤਾਂ ਵੀ ਜਮਾਨੇ ਨੇ ਪ੍ਰਵਾਨ ਨਾ ਕੀਤੀ ਮਤਲਬ ਉਹਦੋਂ ਵੀ ਜਿਨ੍ਹਾਂ ਦੀ ਪਾਵਨਾ ਸੀ ਸ਼ਰਦਾ ਸੀ ਬਚਨ ਕਮਾਉਂਦੇ ਸਨ ਉਹਨਾਂ ਨੂੰ ਹੀ ਦਾਤਾ ਮਿਲਦੀਆਂ ਸੀ ਤੇ ਅੱਜ ਵੀ ਉਹੀ ਖੇੜ ਜੇਕਰ ਅੰਦਰ ਵਿਸ਼ਵਾਸ ਭਰੋਸਾ ਯਕੀਨ ਕੋਵੇ ਤਾਂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਉਹ ਹਾਜ਼ਰ ਨਾਜ਼ਰ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਤਨ ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਜੀ ਦਾ ਇੱਕ ਬਚਨ ਵਿਚਾਰਨਾ ਚਾਹੁੰਨਾ ਅੱਜ ਦੇ ਇਸ ਪ੍ਰਸੰਗ ਦੇ ਸੰਦਰਭ ਅੰਦਰ ਸਤਿਗੁਰੂ ਜੀ 177 ਅੰਗ ਤੇ ਘੋੜੀ ਰਾਗ ਅੰਦਰ ਇੱਕ ਬਚਨ ਕਰਦੇ ਗੁਰ ਕਾ ਬਚਨ ਸਦਾ ਅਬਨਾਸੀ ਗੁਰ ਕੈ ਬਚਨ ਕੱਟੀ ਜਮ ਫਾਂਸੀ ਗੁਰਬਾਣੀ ਦਾ ਦੇਖੋ ਕਿਤਨਾ ਧਿਆਨ ਨਾਲ ਪੜ੍ਹਨੀ ਚਾਹੀਦੀ ਮੈਂ ਪੰਕਤੀ ਪੜ੍ਹੀ ਗੁਰ ਕਾ ਬਚਨ ਸਦਾ ਬਨਾਸੀ ਬਚਨ ਨੰਨੇ ਨੂੰ ਔਂਕੜ ਹੈ ਔਂਕੜ ਦਾ ਜਿੱਥੇ ਆਏਗੀ ਉਹਦਾ ਮਤਲਬ ਹੈ ਇੱਕ ਵਚਨ ਜਿੱਥੇ ਸਿਹਾਰੀ ਆਗੇ ਮਤਲਬ ਦੁਆਰਾ ਉਹਦੇ ਰਾਈ ਜਿੱਥੇ ਔਂਕੜ ਨਹੀਂ ਖੈ ਵਿਆਕਰਣ ਦਾ ਨਿਜਮੇ ਉਥੇ ਬਹੁਤਿਆਂ ਦੀ ਬਹੁ ਵਚਨ ਵਿੱਚ ਗੱਲ ਕੀਤੀ ਕਮਾਲ ਦੇ ਇੱਕੋ ਸ਼ਬਦ ਦੀ ਦਰਸ਼ਨ ਕਰੀਏ ਕਿੰਨੇ ਰਾਜ ਖੁੱਲਣਗੇ ਸਤਿਗੁਰੂ ਜੀ ਆਖਦੇ ਗੁਰ ਕਾ ਬਚਨ ਇੱਕੋ ਭਾਵ ਸਤਪੁਰਾਂ ਦੇ ਮੁਖਾਰ ਬਿੰਦੂ ਜੋ ਬਚਨ ਨਿਕਲਿਆ ਕੇਵਲ ਉਹ ਦੇ ਵਰਗਾ ਹੋਈ ਉਹਦੇ ਨਾਲ ਉਹ ਕਹਿੰਦੇ ਸਦਾ ਕਾਇਮ ਰਹਿਣ ਵਾਲਾ ਉਹ ਕਦੇ ਖਤਮ ਨਹੀਂ ਹੁੰਦਾ ਇਹਨੂੰ ਛੋੜਾ ਜੇ ਧਿਆਨ ਵਿੱਚ ਲਿਆਈਏ ਆਪਾਂ ਬੋਲਦੇ ਆ ਨਾ ਕੋਈ ਵੀ ਸ਼ਬਦ ਜ਼ੁਬਾਨ ਤੋਂ ਇਹ ਖਵਾ ਵਿੱਚ ਗਿਆ ਤੇ ਖਤਮ ਹੋ ਗਿਆ ਇਹ ਮੁਰਦਾ ਹੈ ਬਸ ਗੱਲ ਖੋ ਗਈ ਉਸ ਤੋਂ ਬਾਅਦ ਮੁੱਕ ਗਈ ਪਰ ਜਦੋਂ ਸਤਿਗੁਰੂ ਸਹਿਬਾਨ ਦੇ ਮੁਖ ਤੋਂ ਕੋਈ ਵੀ ਸ਼ਬਦ ਨਿਕਲਦਾ ਹੈ ਭਾਵੇਂ ਉਹ ਗੁਰਬਾਣੀ ਦੇ ਰੂਪ ਵਿੱਚ ਚਾਹੇ ਸਤਪੁਰਾਂ ਦੀ ਜ਼ੁਬਾਨ ਤੋਂ ਰਚਨਾ ਤੋਂ ਗੁਰਸਿੱਖਾਂ ਨੂੰ ਲੋਕਾਂ ਪ੍ਰਤੀ ਕੋਈ ਬਚਨ ਦਿੱਤਾ ਹੈ ਉਹ ਬਚਨ ਮੁਰਦਾ ਨਹੀਂ ਉਹ ਜਿਉਂਦਾ ਹੈ ਜਿਉਂਦਾ ਉਹਦੀ ਲੰਬੀ ਉਮਰ ਨਹੀਂ ਹੈ ਤੇ ਉਹਨੇ ਕਦੇ ਮੁੱਕਣਾ ਹੀ ਨਹੀਂ ਜਿਹੜੇ ਬਚਨ ਸਤਪੁਰਾਂ ਨੇ 500 ਸਾਲ ਪਹਿਲਾਂ ਕੀਤੇ ਅੱਜ ਵੀ ਉਸੇ ਤਰ੍ਹਾਂ ਉਹ ਕੰਮ ਕਰ ਰਹੇ ਨੇ ਹਜ਼ਾਰਾਂ ਸਾਲ ਬੀਤ ਜਾਣਗੇ ਜਿਹੜਾ ਬਚਨ ਉਦੋਂ ਖੋਇਆ ਉਹ ਬਚਨ ਖੋਣ ਤਾ ਹੁਣ ਵੀ ਤੇ ਹਜ਼ਾਰਾਂ ਸਾਲ ਬਾਅਦ ਉਸੇ ਤਰ੍ਹਾਂ ਰਹੇਗਾ ਉਹਦੇ ਦਰਸ਼ਨ ਆਪਾਂ પ્રસੰਗ ਵਿੱਚੋਂ ਕਰਾਂਗੇ ਪਰ ਸਤਿਗੁਰੂ ਜੀ ਨੇ ਨਾਲ ਹੀ ਕਿਰਪਾ ਕੀਤੀ ਕਹਿੰਦੇ ਗੁਰ ਕੈ ਬਚਨ ਇਥੇ ਨੰਨੇ ਨੂੰ ਸਿਹਾਰੀਏ ਜਿਹੜਾ ਸਤਿਗੁਰੂ ਕੇ ਬਚਨ ਦੁਆਰਾ ਉਸ ਦੀ ਕਮਾਈ ਕਰੇਗਾ ਪਾਲਣਾ ਕਰਦਾ ਉਹਦੀਆਂ ਜਮਾ ਦੀਆਂ ਫਾਇਆਂ ਕੱਟੀਆਂ ਜਾਂਦੀਆਂ ਨੇ ਇਹਦਾ ਮਤਲਬ ਗੁਰੂ ਬਚਨ ਦੀ ਸਮਝ ਉਹਦਾ ਲਾਭ ਕਮਾਉਣ ਨਾਲ ਫਿਰ ਕਹਿੰਦੇ ਗੁਰ ਕਾ ਬਚਨ ਜੀ ਕੈ ਸੰਗ ਗੁਰ ਕੈ ਬਚਨ ਰਚੈ RAM ਕੈ ਰੰਗ ਜਿਹੜਾ ਗੁਰੂ ਕਾ ਬਚਨ ਫਿਰ ਇੱਥੇ ਨੰਨੇ ਨੂੰ ਪਹਿਲਾ ਬਚਨ ਜ਼ੁਬਾਨ ਤੇ ਕੋਝੇ ਉਚਾਰਨ ਕੋਰੇ ਪਰ ਜਦੋਂ ਤੁਸੀਂ ਦਰਸ਼ਨ ਕਰੋਗੇ ਤੇ ਨੰਨੇ ਨੂੰ ਔਂਕੜ ਸਤਿਗੁਰੂ ਦਾ ਬਚਨ ਇੱਕੋ ਹੀ ਏ ਉਹ ਕਹਿੰਦੇ ਜੀ ਦੇ ਨਾਲ ਰਹਿੰਦਾ ਹੈ ਆਤਮਾ ਦੇ ਪਰ ਕਿਵੇਂ ਪਤਾ ਲੱਗੇ ਸਹਿਬ ਕਹਿੰਦੇ ਜਦੋਂ ਗੁਰੂ ਕੇ ਬਚਨ ਨੂੰ ਜ਼ਿੰਦਗੀ ਚ ਕਮਾਵਾਂਗੇ ਨਾ ਇਹਦੇ ਨਾਲ ਅਕਾਲ ਪੁਰਖ ਦੇ ਪਿਆਰ ਵਿੱਚ ਸੁਰਤੀ ਭਿੱਜ ਜਾਏਗੀ ਰਚ ਜਾਏਗੀ ਗੁੜੋਚ ਹੋ ਜਾਏਗੀ ਭਈ ਇਹ ਕੀ ਕਾਰਨ ਬੰਦਾ ਉਹੀ ਆ ਪਹਿਲਾਂ ਮੈਂ ਉਹੀ ਕੰਮ ਕਰਦਾ ਸੀ ਕੁਝ ਵੀ ਨਹੀਂ ਸੀ ਅੰਦਰ ਬਦਲਦਾ ਹੁਣ ਮੇਰੇ ਸਤਿਗੁਰੂ ਜੀ ਦਾ ਬਚਨ ਨੇ ਜਦੋਂ ਅੰਦਰ ਐ ਖੋਜਾ ਪਿਆਰ ਪਾਇਆ ਹੈਰਾਨ ਖੋ ਜਾਈਦਾ ਤਾਂ ਹੀ ਪੰਚਮ ਪਿਤਾ ਜੀ ਦਾ ਬਚਨ ਨੇ ਜੋ ਗੁਰ ਦੀ ਆਸੁਮਨ ਕੈ ਕਾਮ ਸੰਤ ਕਾ ਕੀਆ ਸਤ ਕਰਮਨ ਰਖਾਓ ਸਤਗੁਰੂ ਜੀ ਦਾ ਬਚਨ ਹੀ ਗੁਰੂ ਕੇ ਪਿਆਰਿਓ ਜੋ ਮੇਰੇ ਗਰੀਬ ਅਨਵਾਦ ਪਿਤਾ ਜੀ ਬਚਨ ਦਿੰਦੇ ਨੇ ਉਹ ਐਵੇਂ ਮੁਰਦਾ ਨਹੀਂ ਉਹ ਸਾਡੀ ਜ਼ਿੰਦਗੀ ਦੇ ਕੰਮ ਆਉਣ ਵਾਲਾ ਸਦਾ ਲਈ ਅੰਦਰ ਉਹ ਕਰਮ ਕਰੇਗਾ ਇਸ ਕਰਕੇ ਜੋ ਵੀ ਸਤਿਗੁਰੂ ਜੀ ਕਹਿਣ ਸਤਿਗੁਰੂ ਦਾ ਪਿਆਰਾ ਕਹੇ ਉਹਨੂੰ ਸਤ ਕਰਕੇ ਮੰਨिए ਕਦੇ ਸਤਿਗੁਰੂ ਦੇ ਬਚਨ ਤੇ ਕਿੰਤੂ ਨਾ ਕਰੀਏ ਕਦੇ ਸਤਪਰਾਂ ਦੇ ਬਚਨ ਤੇ ਸ਼ੱਕ ਨਾ ਕਰੀਏ ਤਦ ਉਹਨਾਂ ਬਚਨਾਂ ਨੂੰ ਐਵੇਂ ਨਾ ਲਈਏ ਸਾਬ ਕਹਿੰਦੇ ਗੁਰ ਕਾ ਬਚਨ ਅਟਲ ਅਸ਼ੇਦ ਅਟਲ ਜਿਹੜਾ ਨਹੀਂ ਕਦੇ ਟਲਦਾ ਅਛੇ ਜਿਹਦੇ ਟੁਕੜੇ ਨਹੀਂ ਹੁੰਦੇ ਗੁਰ ਕਾ ਬਚਨ ਕੱਟੇ ਪਰਮ ਤੇਦ ਪਹਿਲਾਂ ਜਦੋਂ ਕਿਹਾ ਨਾ ਬਚਨ ਅਟਲ ਛੇਦ ਉੱਤੇ ਓਂਕਾਰ ਹੈ ਭਈ ਇਹ ਸਤਿਗੁਰੂ ਜੀ ਦੇ ਇੱਕ ਬਚਨ ਦੀ ਗੱਲ ਕੋ ਰਹੀ ਜਿਹੜਾ ਕਦੇ ਟੁੱਟਦਾ ਨਹੀਂ ਕਦੇ ਟਲਦਾ ਨਹੀਂ ਪਰ ਜਦੋਂ ਸਾਡੀ ਗੱਲ ਕੀਤੀ ਤਾਂ ਉੱਥੇ ਕਿਹਾ ਜੇ ਬਚਨ ਨੂੰ ਕਮਾਵਾਂਗੇ ਜ਼ਿੰਦਗੀ ਵਿੱਚ ਬਚਨ ਦੁਆਰਾ ਜ਼ਿੰਦਗੀ ਜੀਵਾਂਗੇ ਤੇ ਅੰਦਰ ਦੀ ਭਟਕਣਾ ਮੁੱਕੇਗੀ ਕੋਈ ਭੇਦ ਨਹੀਂ ਰਹੇਗਾ ਰੱਬ ਤੇ ਤੇਰੇ ਵਿੱਚ ਸਤਿਗੁਰੂ ਮਿਲਾਉਂਦੇ ਨੇ ਨਾ ਗੁਰ ਕਾ ਬਚਨ ਕਤੂ ਨਾ ਜਾਏ ਸਤਿਗੁਰੂ ਜੀ ਦਾ ਬਚਨ ਕਿਧਰੇ ਜਾਂਦਾ ਨਹੀਂ ਭਈ ਅੱਜ ਬਚਨ ਹੋ ਗਿਆ ਮਹਾਰਾਜ ਅਗਲੇ ਪਿੰਡ ਗਏ ਤੇ ਉਹ ਬਚਨ ਦੀ ਕੀਮਤ ਵੀ ਤਾਕਤ ਵੀ ਚਲੇਗੀ ਨਹੀਂ ਸਹਿਬ ਕਹਿੰਦੇ ਗੁਰ ਕਾ ਬਚਨ ਕਤੂ ਨਾ ਜਾਏ ਗੁਰ ਕੈ ਬਚਨ ਖਾ ਕੇ ਗੁਣ ਗਾਏ ਜਿੱਥੇ ਗੁਰੂ ਦਾ ਬਚਨ ਦੀ ਗੱਲ ਆਉਂਦੀ ਸਤਿਗੁਰੂਵਾਲ ਉਹ ਛੋਂਕੜ ਇੱਕ ਦੀ ਗੱਲ ਹੋ ਰਹੀ ਜਿੱਥੇ ਸਾਡੀ ਉਥੇ ਸਹਾਰੀ ਗੁਰੂ ਕੇ ਬਚਨ ਦੁਆਰਾ ਅਸੀਂ ਉਹਦੇ ਗੁਣ ਗਾਈਏ ਉਹ ਅੰਦਰੋਂ ਤਾਕਤ ਦਿੰਦਾ ਜਦੋਂ ਕਿਸੇ ਨੂੰ ਅੰਮ੍ਰਿਤ ਛਕਣ ਲਈ ਕਿਹਾ ਜਾਂਦਾ ਇਹ ਨਾ ਤੇ ਕਈ ਵਾਰ ਅਸੀਂ ਪੋਲੇ ਪਾਣ ਜਾਣ ਪੁਣੀ ਚ ਕਹਿੰਨੇ ਮੇਰੇ ਤੋਂ ਨਿਭਾਇਆ ਨਹੀਂ ਜਾਣਾ ਚੇਤਾ ਰੱਖੀਏ ਜਿਹੜੇ ਸਤਿਗੁਰੂ ਬਚਨ ਦੇ ਰਹੇ ਨੇ ਉਹਨੂੰ ਜਦੋਂ ਅੰਮ੍ਰਿਤ ਦੀ ਦਾਤ ਲਵਾਂਗੇ ਤੂੰ ਨਿਭਾਉਣਗੇ ਵੀ ਆਪੇ ਪਰ ਅਸੀਂ ਨਿਭਾਉਣ ਲਈ ਤਿਆਰ ਹੋਈਏ ਸਹੀ ਤੋ ਮੈਂ ਬੇਨਤੀ ਕਰ ਰਿਹਾ ਵੇਖੋ ਗੁਰੂ ਕੇ ਬਚਨ ਦੀ ਗੱਲ ਕਰਨੀ ਏ ਇਸ ਲਈ ਅੰਦਰ ਆਇਆ ਪਈ ਸਤਿਗੁਰੂ ਗੁਰਗ੍ਰੰਥ ਸਾਹਿਬ ਦੇ ਸ਼ਬਦ ਤੇ ਦیدار ਕਰਕੇ ਉਸ ਪ੍ਰਸੰਗ ਨੂੰ ਵੇਖੀਏ ਗੁਰੂ ਦੇ ਬਚਨ ਦੀ ਕੀਮਤ ਕੀ ਗੁਰ ਕਾ ਬਚਨ ਜੀਤੈ ਸਾਥ ਇਹ ਸਦਾ ਜੀ ਦੇ ਨਾਲ ਰਿੰਦਾ ਹੋਰ ਤੇ ਨੀ ਨਾ ਕੋਨ ਪੈਣ ਪਰਾ ਪੈਸਾ ਟਕਾ ਘਰਬਾਰ ਇਹ ਨਾਲ ਤੀਨ ਰਹਿੰਦੇ ਇਹ ਤਾਂ ਸਾਡੇ ਤੋਂ ਵੱਖਰੇ ਨੇ ਪਰ ਗੁਰਕਾ ਬਚਨ ਅਨਾਤ ਪੂਨਾਤ ਸਤਿਗੁਰੂ ਜੀ ਦਾ ਬਚਨ ਜਿਹਦਾ ਕੋਈ ਨਹੀਂ ਬਣਦਾ ਉਹਦਾ ਖਸਮ ਬਣਦਾ ਔਂਕੜੇ ਸਤਿਗੁਰੂ ਦੇ ਬਚਨ ਦੀ ਬਾਤ ਹੋ ਰਹੀ ਪਰ ਜਦੋਂ ਸਾਡੀ ਆਈ ਕਹਿੰਦੇ ਗੁਰਕਾ ਬਚਨ ਗੁਰ ਕਾ ਬਚਨ ਨਰਕ ਨਾ ਪਵੈ ਗੁਰੂ ਦੇ ਬਚਨ ਦੁਆਰਾ ਜੇਕਰ ਉਹ ਬਚਨ ਸਾਡੇ ਹਿਰਦੇ ਚ ਬੈਠਾ ਹੈ ਤੇ ਨਰਕਾਂ ਚ ਨਹੀਂ ਉਹ ਜਾਣ ਦੇਵੇਗਾ ਜਿੱਥੇ ਸਤਿਗੁਰੂ ਦਾ ਸ਼ਬਦ ਆ ਗਿਆ ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੇ ਕਹਿੰਦੇ ਨਰਕ ਨੂੰ ਤੇ ਕੀ ਜਾਣਾ ਜ਼ੁਬਾਨ ਦੇ ਉੱਪਰ ਅੰਮ੍ਰਿਤ ਦੀ ਧਾਰਾ ਛੁੱਟੇਗੀ ਰਸਨਾ ਹੁਣ ਕੇਵਲ ਲਵਾਬੇ ਕੇਵਲ ਗਿੱਲਾ ਪਾਣੀ ਪਰ ਇਹ ਗੁਰੂ ਕੇ ਬਚਨ ਦੀ ਤਾਕਤ ਜਦੋਂ ਕੋਈ ਜਪਦਾ ਹੈ ਇਹ ਜ਼ੁਬਾਨ ਵਿੱਚੋਂ ਫਿਰ ਅੰਮ੍ਰਿਤ ਗੁਰੂ ਕੇ ਪਿਆਰਿਓ ਉਹਦੇ ਚਸ਼ਮੇ ਫੁੱਟ ਦੇ ਉਹ ਸਵਾਦ ਇਹ ਜ਼ੀਬਾ ਮਾਣਦੀ ਏ ਤਨ ਗੁਰੂ ਅਰਜਨ ਸਾਹਿਬ ਪਿਤਾ ਦਾ ਬਚਨ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕੈ ਬਚਨ ਨਾ ਆਵੇ ਖਾਰ ਜਦੋਂ ਦੇਖੋ ਇਹ ਜਦੋਂ ਸਤਿਗੁਰੂ ਦੇ ਬਚਨ ਦੀ ਬਾਤ ਪੂਰੇ ਸ਼ਬਦ ਵਿੱਚ ਆਰੇਗੀ ਉਦੋਂ ਔਂਕੜ ਜਦੋਂ ਅਸੀਂ ਉਹ ਬਚਨ ਨੂੰ ਕਮਾਣਾ ਹੈ ਉਥੇ ਸਿਆਰੇ ਗੁਰੂ ਕੇ ਬਚਨ ਨੂੰ ਕਮਾਨ ਨਾਲ ਜ਼ਿੰਦਗੀ ਚ ਕਦੇ ਖਾਰਦ ਅਮੂਨੀ ਵੇਖਣਾ ਪੈਂਦਾ ਸਦਾ ਹੀ ਜਿੱਤ ਕੈ ਪਰ ਜਿਸ ਜਨ ਕੋਏ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਿਆਲ ਜਿਹਦੇ ਤੇ ਵਾਹਿਗੁਰੂ ਕਿਰਪਾ ਕਰੇ ਉਹਨੂੰ ਹੀ ਬਚਨ ਸੁਣਦੇ ਤੇ ਉਹਦੇ ਤੇ ਸਤਿਗੁਰੂ ਦਿਆਲ ਹੁੰਦੇ ਨੇ ਗੁਰੂ ਕੇ ਪਿਆਰਿਓ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਮਹਾਰਾਜ ਮਾਲਵੇ ਦੀ ਧਰਤੀ ਤੇ ਜਦੋਂ ਗਏ ਬਠਿੰਡੇ ਜ਼ਿਲ੍ਹੇ ਅੰਦਰ ਮਾਨਸਾ ਤੋਂ ਨੌ ਕੁ ਮੀਲ ਦੂਰ ਉੱਥੇ ਇੱਕ ਨਗਰ ਖਿਆਲਾ ਕਲਾਂ ਸਤਿਗੁਰੂ ਜੀ ਉਸ ਨਗਰ ਦੇ ਬਾਹਰ-ਬਾਰ ਜਾ ਕੇ ਬੈਠ ਗਏ ਇਹ ਮਹਾਰਾਜ ਜੀ ਦੀ ਦਿਆਲਤਾ ਇਹਨਾਂ ਦਾਤਾਂ ਦੇਣੀਆਂ ਨੇ ਕੋਈ 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 ਰੌਲਾ ਰੱਫਾ ਪਾ ਕੇ ਨਹੀਂ ਢੋਲ ਟਮਕਾ ਵਜਾ ਕੇ ਨਹੀਂ ਕਿ ਮਹਾਰਾਜ ਆ ਰਹੇ ਨੇ ਤੇ ਸਾਰੇ ਲੋਕੋ ਤਿਆਰ ਖੋ ਜਾਵੋ ਨਹੀਂ ਸਹਿਜ ਸੁਭਾਏ ਆਮ ਜੇ ਬਣ ਕੇ ਜਾ ਬੈੰਦੇ ਬਾਹਰ ਬਹਿ ਗਏ ਉੱਚੇ ਇੱਕ ਪੰਡਿਤ ਗੁਜੜ ਰਾਮ ਜੀ ਰੱਬ ਦੇ ਪਿਆਰ ਵਾਲਾ ਸੀ ਪੂਰਬਲੀ ਕਮਾਈ ਇਸ ਜ਼ਿੰਦਗੀ ਅੰਦਰ ਸਦਾ ਰੱਬ ਦੇ ਪੈ ਭਾਵਨੀ ਵਾਲਾ ਪਸ਼ੂ ਚਾਰ ਰਿਆ ਸੀ ਇਹਨੇ ਦਰਸ਼ਨ ਕੀਤੇ ਖੁਸ਼ ਹੋ ਗਿਆ ਸਤਿਗੁਰੂ ਜੀ ਦੇ ਚਰਨਾਂ 'ਚ ਬਹੁਤ ਪਿਆਰ ਨਾਲ ਸਿਧਕ ਨਾਲ ਇਹਨੇ ਮੱਥਾ ਟੇਕਿਆ ਮੱਥਾ ਟੇਕ ਕੇ ਕੁਝ ਸਮਾਂ ਸਤਿਗੁਰੂ ਦੇ ਦਰਸ਼ਨਾਂ ਦਾ ਅੰਮ੍ਰਿਤ ਪੀਂਦਾ ਰਿਹਾ ਤੋ ਕਿ ਜਦੋਂ ਪੂਰੇ ਸਤਿਗੁਰੂ ਕੋਲ ਜਾਈਏ ਅੰਦਰ ਠਰ ਜਾਂਦਾ ਹੈ ਖਿਆਲ ਤੇ ਫੁਰਨੇ ਥੋੜਾ ਚਿਰ ਖਿਹੜਾ ਛੱਡਦੇ ਨੇ ਬੰਦਾ ਕੋਈ ਵਕਰੀ ਜੀ ਠੰਡਕ ਮਹਿਸੂਸ ਕਰਤਾ ਹੈ ਪਏ ਕਿਸੇ ਵਕਰੀ ਜਗਾ ਤੇ ਆ ਗਿਆ ਜਿੰਨਾ ਅੰਦਰੂ ਭਾਵਨਾ ਬਨਾਈਏ ਉਨੀ ਹੀ ਠੰਡਕ ਅੰਦਰ ਦੀ ਵਾਦੀ ਤੇ ਜੇ ਅੰਦਰ ਕੋਈ ਸ਼ਰਧਾ ਭਾਵਨਾ ਸਿੱਧਕ ਹੀ ਨਾ ਹੋਵੇ ਮੈਂ ਕਿਦੇ ਕੋਲ ਚੱਲਿਆ ਵਾਂ ਇਹ ਦਿਨ ਗੱਲ ਬਣਦੀ ਸਿਆਣਿਆਂ ਦਾ ਕਥਾ ਨੇ ਮੰਦਰ ਵਿੱਚ ਟੱਲੀ ਕਿਉਂ ਖੜਕਾਈ ਜਾਂਦੀ ਟੱਲੀ ਖੜਕਾਉਣ ਦਾ ਮਤਲਬ ਬੰਦੇ ਨੂੰ ਜਗਾਣਾ ਭਈ ਤੂੰ ਘਰ ਨਹੀਂ ਤੂੰ ਇੱਥੇ ਰੱਬ ਦੇ ਵੱਲ ਧਿਆਨ ਦੇਣ ਲਈ ਇੱਥੇ ਆਇਆ ਅਸੀਂ ਗੁਰਦੁਆਰਾ ਸਾਹਿਬ ਜਦੋਂ ਪਹੁੰਚਦੇ ਹਾਂ ਸਾਨੂੰ ਕਮ ਜੋੜੇ ਉਤਾਰਨੇ ਪੈਰ ਧੋਣੇ ਕੀ ਮਤਲਬ ਜਿੱਥੇ ਸੁੱਚਮਤਾ ਸਫਾਈ ਦਾ ਖਿਆਲ ਹੈ ਇਹਨਾਂ ਨਾਲ ਜੁੜਿਆ ਹੋਇਆ ਉਥੇ ادب ਸਤਕਾਰ ਵੇਖ ਹੈ ਉਥੇ ਨਾਲ ਇਹ ਅੰਦਰ ਨੂੰ ਚੀਜ਼ ਜਗਾਉਂਦੀ ਏ ਭਈ ਦੇਖ ਹੁਣ ਤੂੰ ਸਤਿਗੁਰੂ ਕੋਲ ਚੱਲਿਆ ਸੁਚੇਤ ਹੋ ਜਾਗ ਉਧਰ ਧਿਆਨ ਕਰ ਆਪਣੀ ਸੁਰਤੀ ਕਰ ਤੂੰ ਕਿਸੇ ਵੱਡੇ ਦੇ ਦਰਬਾਰ ਵਿੱਚ ਹੱਥ ਜੋੜਨੇ ਮਤਲਬ ਕਿਸੇ ਵੱਡੇ ਦੇ ਸਾਹਮਣੇ ਤੂੰ ਮੈਂ ਬੇਨਤੀ ਕਰਨ ਲੱਗਾ ਸੀ ਪੰਡਿਤ ਗੁੱਜੜ RAM ਬੜੇ ਪਿਆਰਾਂ ਨਾਲ ਸਤਿਗੁਰੂ ਜੀ ਦੇ ਕੋਲ ਬਹਿ ਗਿਆ ਕਿਤਨਾ ਚਿਰ ਇਸ ਅਨੰਦ ਨੂੰ ਅੰਦਰੋਂ ਪੀ ਵੀ ਜਾਵੇ ਉਹਦੇ ਲਈ ਕੋ ਦੁਨੀਆ ਰਹੀ ਨਹੀਂ ਗਈ ਸਤਿਗੁਰੂ ਜੀ ਖੁਸ਼ ਹੋਏ ਆਪ ਹੀ ਅੰਦਰੋਂ ਖੁਣ ਖਿਲਾਇਆ ਨੇ ਉਹਨੇ ਮੱਥਾ ਟੇਕ ਕੇ ਕਹਿ ਲਾਗਾ ਮਹਾਰਾਜ ਮੈਂ ਸੇਵਾ ਕਰਨੀ ਚਾਹਨਾ ਵਾ ਕਿਰਪਾ ਕਰੋ ਮੈਨੂੰ ਆਗਿਆ ਦਿਓ ਮੈਂ ਸੇਵਾ ਕੀ ਕਰਾਂ ਸਤਿਗੁਰੂ ਪ੍ਰਸੰਨ ਸਨ ਕਹਿ ਲੱਗੇ ਗੁਰੂ ਕੇ ਬਚਨਾਂ 'ਵਲ ਧਿਆਨ ਕਰਾਂਗੇ ਅੱਜ ਦੇ ਪ੍ਰਸੰਗ ਅੰਦਰ ਜਿਹੜੇ ਬਚਨ ਬਾੜੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ ਬਚਨ ਕੀਤੇ ਨੇ ਭਈ ਗੁਰੂ ਦੀ ਮੁਬਾਰਕ ਰਸਨਾ ਤੋਂ ਜਿਹੜਾ ਵੀ ਬਚਨ ਨਿਕਲੇ ਉਹਦੀ ਕਿਤਨੀ ਕੀਮਤ ਹੈ ਸਤਗੁਰੂ ਜੀ ਨੇ ਬਚਨ ਕੀਤਾ ਗੁਜੜ ਰਾਮਾ ਸਾਨੂੰ ਸਾਰੀਆਂ ਹੀ ਸੇਵਾਵਾਂ ਦੀ ਲੋੜ ਏ ਤੋ ਕਰ ਜਿਹੜਾ ਤੇਰਾ ਜੀ ਚਾਹੁੰਦਾ ਹੈ ਨਹੀਂ ਤਾਂ ਸਤਗੁਰੂ ਜੀ ਤੇ ਕਦੇ ਕਹਿੰਦੇ ਨਹੀਂ ਸੇਵਾ ਦੀ ਲੋੜ ਏ ਸਾਨੂੰ ਆਪ ਕਹਿ ਰਹੇ ਨੇ ਕਿਉਂਕਿ ਦੇਣੀਆਂ ਨੇ ਦਾਤਾਂ ਪੰਡਿਤ ਗੁਜੜ ਰਾਮ ਜੀ ਗੈਬੜ ਚਾਵਾਂ ਨਾਲ ਕਾੜਨੀ ਦੁੱਧ ਦੀ ਭਰੀ ਉੱਪਰ ਛੰਨਾ ਮੂਦਾ ਮਾਰਿਆ ਤੇ ਲੈ ਕੇ ਸਤਿਗੁਰਾਂ ਦੇ ਚਰਨਾਂ 'ਚ ਭੇਟ ਕੀਤਾ ਸਵਾਲ ਇਹ ਨਹੀਂ ਹੁੰਦਾ ਕਿ ਅਸੀਂ ਕਿੰਨੇ ਪ੍ਰਕਾਰ ਦੇ ਪਦਾਰਥ ਮਹਾਰਾਜ ਜੀ ਕੋਲ ਜਾਂ ਸੰਗਤ ਲਈ ਤਿਆਰ ਕਰਕੇ ਸ਼ਕਾਉਣੇ ਆ ਅਸਲੀ ਗੱਲ ਇਹ ਵੀ ਸੀ ਕਿੰਨੇ ਪਿਆਰ ਨਾਲ ਉਹ ਚੀਜ਼ ਤਿਆਰ ਕਰਕੇ ਸਤਿਗੁਰਾਂ ਨੂੰ ਭੇਟ ਕਰਦੇ ਆ ਸੰਗਤਾਂ ਸਤਗੁਰੂ ਜੀ ਨੂੰ ਪ੍ਰਸ਼ਾਦ ਪਾਣੀ ਦੀ ਲੋੜ ਨਹੀਂ ਉਹ ਪਿਆਰ ਦੀ ਲੋੜ ਹੈ ਪਿਉ ਭਾਵਨਾ ਵਿੱਚ ਉਹ ਚੀਜ਼ ਬਣੇ ਭਾਵੇਂ ਰੁੱਖੀ ਦੀ ਕੋਏ ਸਤਗੁਰੂ ਜੀ ਉਹਨੂੰ ਵੀ ਬੜੇ ਪਿਆਰ ਨਾਲ ਪ੍ਰਵਾਨ ਕਰਨਗੇ ਜਿਵੇਂ ਆਪਾਂ ਗੁਰਬਾਣੀ ਵਿੱਚ ਭਜਨ ਪੜ੍ਹਦੇ ਆ ਨਾ ਬਚਨ ਗੁਰੂ ਕਾ ਸਹਿਬ ਕਹਿੰਦੇ ਰਾਜਨ ਕੌਣ ਤੁਮਾਰ ਆਵੇ ਅਸੋ ਪਉ ਬਿਦਰ ਕੋ ਦੇਖਿਓ ਉਹ ਕਹਿੰਦੇ ਪ੍ਰੇਮ ਨੂੰ ਰਾਜਾਂ ਨੂੰ ਛੱਡ ਕੇ ਕ੍ਰਿਸ਼ਨ ਮਹਾਰਾਜ ਵਿਦਰ ਇੱਕ ਗਰੀਬ ਦੇ ਘਰ ਜਾਂਦੇ ਨੇ ਉਹ ਗਰੀਬ ਨੂੰ ਪਾਵੇ ਕਿਉਂਕਿ ਜੋ ਪਿਆਰ ਤੇ ਸ਼ਰਧਾ ਉਸ ਗਰੀਬ ਦੇ ਅੰਦਰ ਉਹ ਰਾਜੇ ਦਰਜੋਧਨ ਦੇ ਅੰਦਰ ਨਹੀਂ ਸੀ ਤਾਂ ਜਦ ਪੰਡਤ ਉਜੜ ਰਾਮ ਜੀ ਦੁੱਧ ਲੈ ਆਏ ਕਾੜਨੀ ਭਰੀ ਉਪਰ ਚੰਨਾ ਮੂਦਾ ਮਾਰਿਆ ਸਤਿਗੁਰੂ ਜੀ ਦੇ ਚਰਨਾਂ ਵਿੱਚ ਭੇਟ ਕੀਤਾ ਉਹਨਾਂ ਚਿਰ ਨੂੰ ਜਾਂਦਿਆ ਹੁੰਦਿਆ ਉਹਨੇ ਵੀ ਦੱਸਿਆ ਕੁਝ ਵੈਸੀ ਪਤਾ ਲੱਗਾ ਨਗਰ ਦੇ ਕਾਫੀ ਵੀਰ ਭੈਣ ਸੰਗਤ ਇੱਥੇ ਪਹੁੰਚ ਗਈ ਸਤਿਗੁਰਾਂ ਕੋਲ ਦਰਸ਼ਨ ਕਰ ਰਹੇ ਨੇ ਆਪੋ ਆਪਣੀਆਂ ਪਾਵਨਾਵਾਂ ਲੈ ਕੇ ਬੈਠੇ ਨੇ ਪੰਡਿਤ ਗੁਜੜ ਰਾਮ ਦੇ ਦੁੱਧ ਆਉਣ ਤੇ ਸਤਿਗੁਰਾਂ ਨੇ ਕੁਝ ਦੁੱਧ ਆਪ ਛਕਿਆ ਕੁਝ ਸੰਗਤ ਨੂੰ ਸਿਖਾਇਆ ਪੰਡਿਤ ਗੁਜੜ ਰਾਮ ਨੂੰ ਕਹਿੰਦੇ ਤੂੰ ਵੀ ਛੱਕ ਉਹ ਛੱਕਦਾ ਹੈ ਸਤਗੁਰਾਂ ਵੱਲੋਂ ਜੋ ਦਿੱਤਾ ਪ੍ਰਸ਼ਾਦ ਸੀ ਉਹਨੂੰ ਛਕਿਆ ਉਹਦੀ ਤਸਵੀਰ ਬਦਲ ਜਾਂਦੀ ਏ ਪਿਆਰਿਓ ਚੀਜ਼ ਉਹ ਈ ਏ ਜਿਹੜੀ ਸਤਗੁਰੂ ਜੀ ਵੱਲੋਂ ਜਾਂ ਸਤਪੁਰਸ਼ਾਂ ਵੱਲੋਂ ਖੋ ਕੇ ਮਿਲੇ ਉਹ ਚੀਜ਼ ਦੇ ਅਰਥ ਉਹ ਨਹੀਂ ਰਹਿੰਦੇ ਜੋ ਦੁਨੀਆਂ 'ਚ ਪਹਿਲੇ ਸੀ ਮਹਾਰਾਜ ਜੀ ਨੇ ਕਿਰਪਾ ਕੀਤੀ ਕਹਿਣ ਲੱਗੇ ਗੁਜੜ ਰਾਮਾ ਦੁੱਧ ਛਕ ਸਕਦੇ ਆ ਸਾਰ ਅੰਦਰ ਹੋਰ ਪਿਆਰਾਂ 'ਚ ਚਲਾ ਗਿਓ ਸੰਗਤ ਵੀ ਨਿਹਾਲ ਪਰ ਸਤਿਗੁਰੂ ਜੀ ਤਰਠ ਪੈ ਕਹਿ ਲਗੇ ਗੁਜੜ ਰਾਮ ਜੀ ਇਹ ਛੰਨਾ ਲੈ ਜਾਓ ਘਰ ਅੱਜ ਤੋਂ ਬਾਅਦ ਇਹਦਾ ਅਦਬ ਸਤਕਾਰ ਕਰਨਾ ਤੂੰ ਬੱਤੀ ਦਾ ਮਤਲਬ ਹੁੰਦਾ ਹੈ ਅਦਬ ਸਤਕਾਰ ਕਰਨਾ ਜਦੋਂ ਵੀ ਕਿਸੇ ਚੀਜ਼ ਦੀ ਲੋੜ ਪਵੇਗੀ ਛੰਨੇ ਕੋਲ ਖਲੋ ਕੇ ਅਰਦਾਸ ਕਰਨੀ ਸਤਿਗੁਰੂ ਜੀ ਪੂਰੀਆਂ ਕਰਨਗੇ ਬਚਨ ਦੇ ਦਿੱਤਾ ਸ਼ੰਨੇ ਪ੍ਰਤੀ ਦੇ ਦਿੱਤਾ ਬਚਨ ਇਹਨਾਂ ਨੇ ਬੜੀ ਚਾਵਾ ਤੇ ਖੁਸ਼ੀਆਂ ਨਾਲ ਉਹ ਸ਼ੰਨੇ ਨੂੰ ਆਪਣੇ ਸੀਨੇ ਨਾਲ ਲਾਇਆ ਵੀ ਕਰਮਾਂ ਵਾਲਿਆ ਤੂੰ ਧੰਨੇ ਤੇ ਤੇਰੀ ਬਦੌਲਤ ਮੈਂ ਤੇ ਮੇਰਾ ਪਰਿਵਾਰ ਤੇ ਆਉਣ ਵਾਲੀਆਂ ਪੀੜ੍ਹੀਆਂ ਧੰਨ ਹੋ ਗਈਆਂ ਕਿਸੇ ਨੇ ਕਹਿ ਦਿੱਤਾ ਅੰਦਰੋਂ ਅੰਦਰ ਹੀ ਮਨ ਪਈ ਇਹ ਸ਼ੰਨਾ ਉਹ ਇਹ ਜਿਹੜਾ ਪਹਿਲਾਂ ਸੀ ਘਰ ਹੁਣ ਇਹ ਸ਼ੰਨੇ ਨਾਲ ਸਤਿਗੁਰੂ ਕੇ ਬਚਨ ਦੁਆਰਾ ਤਾਕ ਤਾਂ ਕਿਵੇਂ ਜੁੜਦੀਆਂ ਖੋਣ ਗੀਆਂ ਬੋਲਿਓ ਛੰਨਾ ਪਹਿਲਾ ਕੱਲਾ ਲੋਹੇ ਦਾ ਜਾਂ ਉਹ ਛੰਨਾ ਜਿਸ ਧਾਤ ਦਾ ਬਣਿਆ ਉਹ ਕੱਲੀ ਧਾਤ ਕੈ ਪਰ ਖੋਣੇ ਨੂੰ ਸਤਿਗੁਰੂ ਦੇ ਮੁਬਾਰਕ ਹੱਥ ਵੀ ਲੱਗ ਗਏ ਇਹਦੇ ਤੇ ਮੇਰ ਭਰੀ ਨਿਗਾਹ ਪੈ ਗਈ ਜ਼ੁਬਾਨ ਤੋਂ ਬਚਨ ਇਹ ਹੁਣ ਛੰਨਾ ਛੰਨਾ ਨਹੀਂ ਰਹਿ ਗਿਆਂ ਮੈਂ ਬੇਨਤੀ ਕਰਾਂ ਕਈ ਵਾਰਾਂ ਇਨਸਾਨ ਦੇ ਭਾਗ ਮਾੜੇ ਇਸ ਸਤਿਗੁਰੂ ਕੇ ਬਚਨ ਤੇ ਸ਼ੱਕ ਕਰਦਾ ਹੈ ਸ਼ੱਕ ਨਹੀਂ ਕਦੇ ਕਰਨਾ ਚਾਹੀਦਾ ਸਤਿਗੁਰੂ ਜੀ ਜੋ ਵੀ ਕਹਿਣ ਭਾਵੇਂ ਸਾਨੂੰ ਉਹਦੀ ਸਮਝ ਆ ਰਹੀ ਏ ਨਹੀਂ ਆ ਰਹੀ ਸਾਨੂੰ ਉਸ ਬਚਨ ਨੂੰ ਸਤ ਕਰਕੇ ਮੰਨਣ ਵੱਲ ਤੁਰਨਾ ਚਾਹੀਦਾ ਜੇਕਰ ਐਸਾ ਨਹੀਂ ਕਰਾਂਗੇ ਤੇ ਸਾਨੂੰ ਲਾਖਾ ਵੀ ਕੁਝ ਨਹੀਂ ਮਿਲਣਾ ਸ਼ੱਕ ਨਹੀਂ ਕੇਵਲ ਸ਼ਰਧਾ ਨਾਲ ਉਹਨੂੰ ਪ੍ਰਵਾਨ ਕਰੀਏ ਸਾਨੂੰ ਲੱਗਦਾ ਹੈ ਕਿ ਇਹਦਾ ਕੋਈ ਮਤਲਬ ਨਹੀਂ ਪਰ ਜਦੋਂ ਸਮਾਂ ਪਾ ਕੇ ਉਹ ਬਚਨ ਫਲੀ ਪੂਤ ਹੁੰਦਾ ਫਿਰ ਪਤਾ ਲੱਗਦਾ ਹੈ ਫੇ ਇਹਦੇ ਵਿੱਚ ਕਿੰਨੀਆਂ ਰਹਿਮਤਾਂ ਕਿੰਨਾ ਕੁਸ਼ ਪਿਆਪਿਆ ਸੀ ਹੀ ਰਾਤ ਵਿੱਚ ਪਕੜਿਆ ਛੋਟਾ ਜਿਹਾ ਜਾਪਦਾ ਜਦੋਂ ਜੋਰੀ ਕੁਲ ਮੁੱਲ ਪਵਾਈਏ ਤੇ ਘਰ ਭਰ ਜਾਂਦਾ ਬੋੜ ਦਾ ਬੀਜ ਕਿੰਨਾ ਕੁ ਛੋਟਾ ਜਿਹਾ ਬਹੁਤ ਨਿੱਕਾ ਪਰ ਜਦੋਂ ਉਹਨੂੰ ਬੀਜੀਏ ਬੋੜ ਦਾ ਦਰਖਤ ਕਿੱਡਾ ਵੱਡਾ ਬਣਦਾ ਫੈਲ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਸਤਿਗੁਰੂ ਜੀ ਬਚਨ ਕਰਦੇ ਨੇ ਨਾ ਉਹ ਜਾਪਤੀ ਤੇ ਬੜੀ ਛੋਟੀ ਜੀ ਗੱਲ ਐ ਪਰ ਜੇਕਰ ਉਹਨੂੰ ਕਮਾ ਲਈਏ ਤੇ ਕਈ ਪੁਸ਼ਤਾਂ ਤੱਕ ਉਹ ਸੁਖ ਬਣ ਕੇ ਫੈਲਦਾ ਐ ਕਹਿੰਦੇ ਗੁਜੜ ਰਾਮ ਦੇ ਪਰਿਵਾਰ ਨੇ ਇਹਨੂੰ ਬੜੇ ਚਾਵਾਂ ਨਾਲ ਸੰਭਿਆ ਸਮਾਂ ਇੱਕ ਵਾਰੀ ਲੰਘਿਆ ਇਹਨਾਂ ਦੇ ਪਰਿਵਾਰ ਚੋਂ ਇੱਕ ਬੀਬਾ ਦੀ ਸ਼ਰਦਾ ਨਹੀਂ ਸੀ ਉਹ ਕਹਿ ਲੱਗੇ ਐਵੇਂ ਛੰਨੇ ਨੂੰ ਸੰਭਿਆ ਸਾਡੇ ਵੱਡੇ ਵਡੇਰਿਆਂ ਨੇ ਇਹ ਛੰਨੇ ਚ ਕੀ ਪਲਾਪਿਆ ਏ ਉਹਨੇ ਇੱਕ ਛੋਟੀ ਜੀ ਬੱਚੀ ਜੋਤੀ ਦਾ ਉਹਦੇ ਚ ਪਾਣੀ ਬਾਗ ਕੇ ਤੈ ਨਵਾਇਆ ਪੀ ਇਹਨੂੰ ਭਾਂਡੇ ਪਾਣੀ ਲਈ ਵਰਤ ਲਿਆ ਜਦੋਂ ਹੀ ਉਹਨੂੰ ਨਵਾਇਆ ਉਹਨੂੰ ਕੋੜ ਜਾ ਪੈ ਗਿਆ ਤੇ ਕੁਛ ਦਿਨਾਂ ਬਾਅਦ ਉਹ ਮਰ ਗਈ ਫਿਰ ਡਰ ਗਏ ਪੀ ਇਹਦੇ ਚ ਤਾਕਤ ਕਿੰਨੀ ਏ ਉਸ ਤੋਂ ਬਾਅਦ ਉਹਨਾਂ ਨੇ ਕਦੇ ਦੀ ਵਰਤੋਂ ਨਹੀਂ ਇਸ ਤਰ੍ਹਾਂ ਕੀਤੀ ਉਹ ਛੰਨਾ ਖੁਣ ਵੀ ਕਿਆਲਾ ਕਲਾ ਵਿਖੇ ਸੁਭਾਇ ਮਾਨ ਕਹਿ ਸੰਤ ਉਹ ਦੇ ਦਰਸ਼ਨ دیدار ਕਰਦੀਆਂ ਨੇ ਕਿਉਂਕਿ ਗੁਰ ਕਾ ਬਚਨ ਸਦਾ ਬਨਾਸੀ ਉਹ ਸਦਾ ਨਾਸ ਰਹੇ ਤੇ ਉਹ ਸਦਾ ਅਟੱਲ ਅਸ਼ੇ ਦੇ ਗੁਰੂ ਕਾ ਬਚਨ ਉਹਨੇ ਉਹਦਾ ਪ੍ਰਭਾਵ ਉਹਦੀ ਤਾਕਤ ਸਮੇਂ ਨਾਲ ਘਟਦੀ ਨਹੀਂ ਕਿਉਂਕਿ ਜੂੰਦਾ ਜਾਗਤਾ ਬਚਨ ਨੇ ਉਸ ਬਚਨ ਦੀ ਕਦੇ ਮੌਤ ਹੋਣੀ ਨਹੀਂ ਜਿਹੜਾ ਇੱਕ ਵਾਰੀ ਸਤਿਗੁਰਾਂ ਦੇ ਮੁਖ ਤੋਂ ਨਿਕਲ ਗਿਆ ਉਸ ਬਚਨ ਨੂੰ ਹਮੇਸ਼ਾ ਸਾਹਮਣਾ ਚਾਹੀਦਾ ਹੈ ਉਥੇ ਸਾਂਭਿਆ ਕੋਇਆ ਹੈ ਜਦੋਂ ਸਤਿਗੁਰੂ ਜੀ ਨੇ ਪੰਡਿਤ ਗੁਜੜ ਰਾਮ ਤੇ ਕਿਰਪਾ ਕੀਤੀ ਇਹਦੇ ਨਾਲ ਹੀ ਪਿੰਡ ਦਾ ਚੌਧਰੀ ਸਿੰਘ ਮੱਕੋ ਚਾਹਲ ਸੀਏ ਉਹ ਆਇਆ ਉਹਦੇ ਅੰਦਰ ਵੀ ਬੜੀ ਗਰੀਬੀ ਨਿਮਰਤਾ ਭਾਵ ਸੀ ਸਤਿਗੁਰਾਂ ਨੇ ਹੁਕਮ ਕੀਤਾ ਪੰਡਿਤ ਗੁਜੜ ਰਾਮ ਤੁਸੀਂ ਕੁਝ ਆਪਣੀ ਇੱਛਾ ਦੱਸੋ ਤੁਹਾਡੀ ਕੋਈ ਮੰਗ ਹੋਵੇ ਆਪਣੀ ਮੰਗ ਦੱਸੋ ਨਿਰੰਕਾਰ ਉਹ ਪੂਰੀ ਕਰੇਗਾ ਕਹਿਣ ਲੱਗਾ ਸਤਿਗੁਰ ਜੀਓ ਆਪ ਜੀ ਮਿਲ ਗਏ ਛੰਨਾ ਦੇ ਦਿੱਤਾ ਏਡੇ ਵੱਡੇ ਬਚਨ ਹੋ ਗਏ ਮੈਂ ਗਰੀਬ ਖੋਰ ਕੀ ਮੰਗਾ ਜਿਤ ਪੁੱਠੇ ਹੋ ਨਾ ਤੇ ਆ ਪਿੰਡ ਦਾ ਚੌਧਰੀ ਮੱਕੂ ਦੇ ਕੋਲ ਜ਼ਮੀਨ ਜਾਇਦਾਦ ਬਹੁਤ ਈ ਪਰ ਇਹਦੇ ਘਰ ਸੰਤਾਨ ਕੋਈ ਨਹੀਂ ਕਿਰਪਾ ਕਰੋ ਪੁੱਤਰ ਦੀ ਦਾਤ ਬਖਸ਼ਿਸ਼ ਕਰੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਸੰਨ ਨੇ ਕਹਿਣ ਲੱਗੇ ਗੁਜਰ ਰਾਮਾ ਜਾ ਤੇਰੀ ਬਦੌਲਤ ਹੈ ਇਦੇ ਘਰ ਚਾਰ ਪੁੱਤਰ ਹੋਣਗੇ ਚੌਧਰੀ ਮੱਕੂ ਬਹੁਤ ਉਸ ਵਕਤ ਗਰੀਬੀ ਨਿਮਰਤਾ ਵਿੱਚ ਸੀ ਸਹਬ ਖੁਸ਼ ਨਹੀਂ ਦੂਸਰੇ ਲਈ ਮੰਗ ਰਿਹਾ ਏ ਤੋ ਸਹਬ ਕਹਿਣ ਲੱਗੇ ਮੱਕੂ ਤੇਰੇ ਘਰ ਚਾਰ ਪੁੱਤਰ ਹੋਣਗੇ ਉਹ ਚਾਰ ਪਿੰਡ ਵਸਾਣਗੇ ਨੰਬਰਦਾਰ ਉਹ ਹੋਣਗੇ ਸਤਪੁਰਾਂ ਦੀ ਕਿਰਪਾ ਨਾਲ ਵਾਕੇ ਹੀ ਚਾਰ ਪੁੱਤਰ ਹੋਏ ਇੱਕ ਮੁਕਤਸਰ ਦੇ ਅੰਦਰ ਚਹਲਾਂ ਦੀ ਪੱਤੀ ਹੈ ਉਹਦਾ ਇੱਕ ਪੁੱਤਰ ਨੇ ਉਹ ਵਸਾਇਆ ਸੀ ਇੱਕ ਹੈ ਧਨਪੁਰਾ ਤਾਲਿਆਂ ਵਾਲੀ ਪਾਸ ਇਸੇ ਤਰ੍ਹਾਂ ਨਥਿਆ ਉਹ ਵੀ ਕਾਲਿਆਂ ਵਾਲੀ ਦੇ ਕੋਲ ਹੈ ਤੇ ਚੌਥਾ ਨਗਰ ਵਸਾਇਆ ਸੀ ਚਹਲਾਂ ਵਾਲੀ ਇਹ ਮਾਨਸਾ ਤੁਨੇੜੇ ਹੈ ਤੂੰ ਮੇਰੇ ਕਹਿਨ ਤੂੰ ਮੁਰਾ ਇਹ ਚਾਰ ਕੇਵਲ ਪੁੱਤਰ ਹੀ ਨਹੀਂ ਦਿੱਤੇ ਸਤਿਗੁਰੂ ਜੀ ਨੇ ਬਚਨ ਕਰਕੇ ਉਹਨਾਂ ਪੁੱਤਰਾਂ ਨੂੰ 14 ਤੇ ਚਾਰ ਪਿੰਡਾਂ ਦੀ ਭਾਵ ਦੁਨਿਆਵੀ ਦੌਲਤ ਵੀ ਦੇ ਦਿੱਤੀ ਹੈ ਸਤਗੁਰੂ ਦੀ ਤਰੁੱਠ ਪੈਣੇ ਨਾ ਤੇ ਦੇਈ ਜਾਂਦੇ ਨੇ ਲਗਾਤਾਰ ਜਦੋਂ ਅੰਦਰੋਂ ਅਸੀਂ ਪਾਵਨਾ ਸ਼ਰਦਾ ਬਣਾਈਏ ਤੇ ਪਿਆਰਿਓ ਸਤਗੁਰੂ ਜੀ ਦਾਤਾ ਦੇਣ ਵਾਸਤੇ ਜਗਤ ਤੇ ਪ੍ਰਕਾਸ਼ਮਾਨ ਉਦੋਂ ਵੀ ਸੰਤ ਖੁਣ ਵੀ ਨੇ ਉਦੋਂ ਸ਼ਰੀਰਾਂ ਦੇ ਨਾਮ ਸੰ ਵਕਰੇ ਵਕਰੇ 10 ਪਾਵਨ ਪਵਿੱਤਰ ਸਰੂਪਾਂ ਦੇ ਹੁਣ ਉਹ ਹੀ ਪੂਰੀ ਤਾਕਤ ਸ੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸੁਭਾਈ ਮਾਨ ਉਹ ਕੰਮ ਕਰਈ ਕਹਿ ਇਥੇ ਚਾਰ ਪੁੱਤਰ ਵੀ ਮਿਲ ਗਏ ਉਹਨਾਂ ਦਾ ਵਰ ਮਿਲਿਆ ਉਹਨਾਂ ਦੇ ਪਿੰਡ ਵਸਣ ਦਾ ਨੰਬਰਦਾਰੀਆਂ ਵੀ ਹੁਣ ਸਤਿਗੁਰੂ ਜੀ ਕਹਿਣ ਲੱਗੇ ਗੁਜੜ ਰਾਮ ਕੁਝ ਹੋਰ ਮੰਗ ਲੈ ਜਿਵੇਂ ਬਾਪ ਨੂੰ ਚਾਹ ਹੁੰਦਾ ਬੱਚਿਆਂ ਨੂੰ ਦੇਣ ਲਈ ਸਤਿਗੁਰੂ ਪਿਤਾ ਨੂੰ ਚਾਹੇ ਭਈ ਹਰ ਮਨੁੱਖ ਜਿਹੜਾ ਹੈ ਕੋਸ ਦੀ ਝੋਲੀ ਭਰੀ ਹੋਵੇ ਕਿਸੇ ਦੀ ਝੋਲੀ ਖਾਲੀ ਨਾ ਹੋਵੇ ਇਹ ਬੰਦੇ ਦੇ ਭਾਗ ਨੇ ਜਿਹੜੇ ਫਿਰ ਵੀ ਖਾਲੀ ਰਹਿ ਜਾਂਦੇ ਨੇ ਸਤਿਗੁਰੂ ਜੀ ਤਾਂ ਤਾਂ ਅਰਦਾਸਾਂ ਕਰਦੇ ਨੇ ਨਾ ਕਿਦਰ ਕਹਿੰਦੇ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮੋਚ ਉਪਾਏ ਦੁੱਖ ਦਾਲਦ ਪੰਤਾਰ ਸਾਰਿਆਂ ਲਈ ਅਰਦਾਸਾਂ ਕਰਦੇ ਨੇ ਸਤਿਗੁਰੂ ਜੀ ਮੇਰੇ ਦੇ ਘਰ ਵਿੱਚ ਆ ਕੇ ਦਾਤਾ ਸਾਰਿਆਂ ਦੀ ਸੰਭਾਲ ਕਰ ਇਹਨਾਂ ਲਈ ਬਹੁਤ ਸਾਰਾ ਅੰਨ ਪਾਣੀ ਪੈਦਾ ਕਰ ਇਹਨਾਂ ਦੇ ਘਰ ਦੁੱਖ ਦਿਲਿਤਰ ਨਾ ਰਹਿਣ ਸਤਿਗੁਰੂ ਜੀ ਦੇ ਪਿਆਰ ਕੈ ਜਦੋਂ ਗੁਜੜ ਰਾਮ ਨੇ ਚੌਧਰੀ ਮੱਕੂ ਰਾਈ ਮੰਗਿਆ ਉਹਦੇ ਲਈ ਉਹਨੂੰ ਵੀ ਦਾਤਾ ਮਿਲੀਆਂ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕੁਝ ਹੋਰ ਮੰਗੋ ਪੰਚਾਇਤ ਪਿੰਡ ਦੀ ਬੈਠੀ ਸੀ ਕਹਿਣ ਲੱਗੇ ਸਤਪੁਰਸ ਪਿੰਡ ਦਾ ਪਾਣੀ ਖਾਰਾ ਏ ਕਿਰਪਾ ਕਰੋ ਪਾਣੀ ਦੇ ਦੁੱਖੋਂ ਅਸੀਂ ਬੜੇ ਔਖੇ ਆ ਖਾਰੇ ਪਾਣੀ ਨਾਲ ਦਾਲ ਸਬਜ਼ੀਆਂ ਨਾ ਗਲਣੀਆਂ ਭਾਂਡਾ ਟੀਂਡਾ ਸਾਫ਼ ਨਾ ਹੋਣਾ ਕੱਪੜਾ ਲੀੜਾ ਕਿਨਾਂ ਕਿਰਪਾ ਕਰੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੀਰ ਕਮਾਨ ਚੋਂ ਇੱਕ ਤੀਰ ਚਲਾਇਆ ਕਹਿੰਦਾ ਲੱਗਦਾ ਜਿੱਥੇ ਇਹ ਸਾਡਾ ਤੀਰ ਡਿੱਤੇਗਾ ਉੱਤੇ ਖੂਪ ਪੁੱਟੋ ਪਾਣੀ ਮਿੱਠਾ ਨਿਕਲੇਗਾ ਜਦੋਂ ਤੀਰ ਛੱਡਿਆ ਜਿੱਥੇ ਡਿੱਗਿਆ ਸਮਾਂ ਪਾਕ ਜਦੋਂ ਖੂਪ ਪੁੱਟਿਆ ਤੇ ਉਸ ਖੂਹ ਦਾ ਪਾਣੀ ਮਿੱਠਾ ਨਿਕਲਿਆ ਉਹ ਹੀ ਕੇਵਲ ਖੂਹ ਦਾ ਮੈਂ ਫਿਰ ਗੱਲ ਦੂਰਾਂ ਲੱਗਾ ਵਾ ਸਤਿਗੁਰੂ ਜੀ ਦੇ ਬਚਨ ਦੀ ਬਾਤ ਬਚਨ ਸੀ ਪੀ ਉਥੋਂ ਮਿੱਠਾਣ ਬਾਕੀ ਪਿੰਡ ਦਾ ਪਾਣੀ ਖਾਰਾ ਉਸ ਖੂਹ ਦਾ ਮਿੱਠਾਈ ਪਰ ਕਈ ਵਾਰ ਬੰਦਾ ਕੀ ਸੋਚਦਾ ਵੀ ਉਦੋਂ ਦੀ ਗੱਲ ਹੈ ਖੁਣ ਤੇ ਹਾਲਾਤ ਬਦਲ ਗਏ ਵੈਸੀ ਸ਼ਾਇਦ ਪਾਣੀ ਮਿੱਠਾ ਹੋ ਗਿਆ ਉਹ ਵੇਗਾ ਸਮਾਂ ਪਾ ਕੇ ਨਹੀਂ ਪਿਆ ਰਿਓ ਅਜੇ ਥੋੜਾ ਸਮਾਂ ਪਹਿਲਾਂ ਦੀ ਬਾਤ ਹੈ ਗੁਰਦੁਆਰਾ ਸਾਹਿਬ ਨਾਨਕ ਪਾਉ ਦਿੱਲੀ ਵਿਖੇ ਉੱਚ ਵੀ ਸਤਪੁਰਾਂ ਦੇ ਬਚਨ ਨਾਲ ਖੂ ਲੱਗਾ ਸੀ ਪਾਣੀ ਮਿੱਠਾ ਨਿਕਲਿਆ ਸੀ ਹੁਣ ਜਦੋਂ ਉੱਥੇ ਸੰਗਤਾਂ ਵਧੀਆਂ ਅਸਥਾਨ ਬਣਿਆ ਬਹੁਤ ਸੰਗਤਾਂ ਦਾ ਇਕੱਠ ਕਾਰ ਸੇਵਾ ਵਾਲੇ ਮਹਾਪੁਰਖਾਂ ਨੇ ਸੇਵਾ ਕਰਵਾਈ ਤੇ ਵਿਚਾਰ ਹੋਈ ਪਈ ਹੁਣ ਪਾਣੀ ਇੱਥੋਂ ਦਾ ਥੋੜਾ ਏ ਆਪਾਂ ਨੇੜੇ ਇੱਕ ਹੋਰ ਬੋਰ ਕਰ ਲਈਏ ਉਹਦਾ ਪਾਣੀ ਵਰਤੀਏ ਤਾਂ ਕਿ ਸੰਗਤ ਲਈ ਜ਼ਿਆਦਾ ਪਾਣੀ ਚਾਹੀਦਾ ਬਿਲਕੁਲ ਕੁਝ ਫੁੱਟ ਦੂਰੀ ਤੇ ਬਹੁਤ ਡੂੰਗਾ ਬੋਰ ਕੀਤਾ ਗਿਆ ਤਾਂ ਕਿ ਉਸ ਬੋਲੀ ਸਾਹਿਬ ਦਾ ਪਾਣੀ ਵੀ ਵਰਤਦੇ ਆ ਇੱਕ ਹੋਰ ਨਾਲ ਟਿਊਬਲ ਲਾਇਆ ਜਾਵੇ ਹੁਣ ਤੇ ਪਾਣੀ ਮਿੱਠਾ ਹੀ ਨਿਕਲੇਗਾ ਜਦੋਂ ਬੋਰ ਕੀਤਾ ਗਿਆ ਪਾਣੀ ਨਿਕਲਿਆ ਪਰ ਉਹ ਖਾਰਾ ਸੀ ਮਿੱਠਾ ਨਹੀਂ ਸੀ ਸਤਿਗੁਰੂ ਜੀ ਦੇ ਬਚਨ ਦੀ ਬਰਾਬਰੀ ਕੌਣ ਕਰ ਸਕਦਾ ਹੈ ਪਿਆਰਿਓ ਭਾਵੇਂ ਯੁੱਗ ਬੀਤ ਜਾਣ ਸਤਿਗੁਰੂ ਕਾ ਬਚਨ ਉਸੇ ਤਰ੍ਹਾਂ ਜਿਉਂਦਾ ਜਾਗਦਾ ਅਟਲ ਰਹੇਗਾ ਉਸ ਬਚਨ ਨੂੰ ਕਦੇ ਕੋਈ ਟਲਣਾ ਨਹੀਂ ਉਹਨੇ ਮੁੱਕਣਾ ਨਹੀਂ ਉਹਦੀ ਕੀਮਤ ਉਹਦੀ ਤਾਕਤ ਨਹੀਂ ਕਟਣੀ ਤੋਂ ਗਰੀਬਨਵਾਦ ਪਿਤਾ ਮਹਾਰਾਜ ਜੀ ਨੇ ਖਿਆਲਾ ਕਲਾਂ ਇਹ ਵੀ ਵਰ ਦਿੱਤਾ ਕਿ ਪਾਣੀ ਮਿੱਠਾ ਨਿਕਲੇਗਾ ਤੂੰ ਨਿਕਲ ਆਇਆ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਜੜ ਰਾਮਾ ਤੂੰ ਆਪਣੇ ਲਈ ਵੀ ਕੁਝ ਮੰਗ ਸਤਿਗੁਰੂ ਜੀਓ ਕਈ ਪੁਸ਼ਤਾਂ ਤੋਂ ਪੀੜੀ ਅੰਦਰ ਪਰਿਵਾਰ ਵਿੱਚ ਇੱਕ ਇੱਕ ਕੀ ਪੁੱਤਰ ਆ ਰਿਹਾ ਏ ਚਾਹੁੰਦੇ ਆ ਸਾਡੇ ਪਰਿਵਾਰ ਵਿੱਚ ਵਾਧਾ ਹੋਵੇ ਸਤਿਗੁਰੂ ਦੀ ਮੋਜ ਕਹਿਣ ਲੱਗੇ ਠੀਕ ਏ ਗੁਜੜ ਰਾਮਾ ਤੀਜੀ ਪੁਸ਼ਤ ਤੋਂ ਖੋਣ ਪਰਵਾਰ ਵੱਡਾ ਹੋਏਗਾ ਵਾਕਿਆ ਹੀ ਉਹ ਪਰਿਵਾਰ ਤੋਂ ਬਾਅਦ ਵੱਡਾ ਹੋਇਆ ਇਹਨਾਂ ਦੀ ਅਲ ਸਿੰਘ ਪੈ ਗਈ ਇਹਨਾਂ ਨੂੰ ਬੜੇ ਪਿਆਰ ਨਾਲੇ ਸਾਰੇ ਪਰਿਵਾਰ ਸਤਪੁਰੂ ਦੀ ਸਿੱਖੀ ਨੂੰ ਧਾਰਨ ਇਹਨਾਂ ਨੇ ਕੀਤਾ ਇਸੇ ਨਗਰ ਅੰਦਰ ਗੁਰੂ ਕੇ ਪਿਆਰਿਓ ਬਾਣੀਆਂ ਨੂੰ ਕੋੜ ਦਾ ਰੋਗ ਪਰਿਵਾਰਾਂ ਵਿੱਚ ਚੱਲ ਰਿਹਾ ਸੀ ਉਹਨਾਂ ਨੇ ਬੇਨਿੰਗ ਕੀਤੀ ਜੀਓ ਸਾਡੇ ਪਰਿਵਾਰਾਂ ਚ ਕੋੜ ਕਿਸੇ ਨਾ ਕਿਸੇ ਨੂੰ ਖੋਇਆ ਰਹਿੰਦਾ ਹੈ ਕਿਰਪਾ ਕਰੋ ਸਤਿਗੁਰਾਂ ਨੇ ਉਹਨੂੰ ਬਚਨ ਦਿੱਤਾ ਕਿ ਤੁਸੀਂ ਤਮਾਕੂ ਦੀ ਵਰਤੋਂ ਕਰਨੀ ਛੱਡ ਦਿਓ ਸਤਿਗੁਰੂ ਜੀ ਨੇ ਬਚਨ ਕੀਤਾ ਕੋੜ ਨਹੀਂ ਹਾਸ ਤੋਂ ਬਾਅਦ ਤੁਹਾਡੇ ਪਰਿਵਾਰਾਂ ਵਿੱਚ ਰਹੇਗਾ ਉਹਨਾਂ ਨੇ ਤਮਾਕੂ ਵੀ ਛੱਡੇ ਕੇਸ਼ ਵੀ ਰੱਖੇ ਬਾਅਦ ਵਿੱਚ ਉਹ ਪੂਰੇ ਦੇ ਪੂਰੇ ਪਰਿਵਾਰ ਹੀ ਗੁਰਸਿੱਖੀ ਵਿੱਚ ਸ਼ਾਮਲ ਹੋ ਗਏ ਤੋ ਮੇਰੇ ਕਹਿਣ ਤੋਂ ਮੁਰਾਕ ਕਮਾਲ ਦੀ ਖੇੜ ਇਹ ਵਰਤ ਦੀ ਹੈ ਸਤਗੁਰੂ ਜੀ ਦੀ ਰਚਨਾ ਤੋਂ ਜਿਹੜਾ ਵੀ ਬਚਨ ਨਿਕਲਦਾ ਹੈ ਉਹ ਬਚਨ ਜੁਗ ਕੋ ਜੁਗ ਅਟਲ ਕੋ ਕੇ ਨਿਬੜਦਾ ਹੈ ਕਿਛੇ ਗੁਜੜ ਰਾਮ ਦੀ ਆਪ ਆ ਕੇ ਨਗਰੋਂ ਬਾਹਰ ਬੈਠੇ ਨੇ ਹੁਣ ਦੇਖੋ ਨਾ ਬੰਦਾ ਬੋਲਦਾ ਤੋ ਕੇਵਲ ਬੋਲ ਏ ਉਸ ਨਾਲ ਤੇ ਕੁਝ ਨਹੀਂ ਖੋਣਾ ਹੌਸਲਾ ਘੜੀਪਲ ਮਿਲੇਗਾ ਪਰ ਜਦੋਂ ਸਤਗੁਰੂ ਜੀ ਬਚਨ ਕਰ ਦੇਂਦੇ ਤੇ ਕਾਦਰ ਦੀ ਕੁਦਰਤ ਹਾਲਾਤ ਬਣਾਉਂਦੀ ਏ ਤੇ ਆਪਣਾ ਸੁਭਾਅ ਬਦਲ ਲੈਂਦੀ ਸਾਡੇ ਭਲੇ ਲਈ ਤੋ ਇਸ ਕਰਕੇ ਆਓ ਭਾਈ ਆਪਾਂ ਵੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਨ੍ਹਾਂ ਪ੍ਰਸੰਗਾਂ ਤੋਂ ਸਿੱਖਿਆ ਲਈਏ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਨ ਉਹ ਅਟਲ ਨੇ ਉਹਨਾਂ ਤੋਂ ਬਚਨ ਲੈ ਲਈਏ ਬਚਨ ਕਿਵੇਂ ਦਿੰਦੇ ਨੇ ਜਦੋਂ ਅਸੀਂ ਸਤਿਗੁਰੂ ਜੀ ਨੂੰ ਪਿਆਰ ਕਰਾਂਗੇ ਅੰਮ੍ਰਿਤ ਦੀ ਦਾਤ ਲਵਾਂਗੇ ਉਨ੍ਹਾਂ ਦੇ ਬਚਨਾਂ ਨੂੰ ਸੇਵਾ ਸਿਮਰਨ ਰਾਇ ਕਮਾਵਾਂਗੇ ਫਿਰ ਖੁਸ਼ ਹੋ ਕੇ ਰਹਿਮਤਾ ਪਰੇ ਬਚਨ ਸਾਨੂੰ ਦੇਣਗੇ ਜਿਹਦੇ ਨਾਲ ਇਸ ਜ਼ਿੰਦਗੀ ਨੂੰ ਖੁਸ਼ੀਆਂ ਤੇ ਖੇੜਿਆਂ ਨਾਲ ਅਸੀਂ ਭਰ ਸਕਾਂਗੇ ਤਨ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਕਿਰਪਾ ਕਰਨ ਸਾਡਾ ਗੁਰੂ ਕੇ ਇੱਕ ਇੱਕ ਬਚਨ ਤੇ ਪ੍ਰੋਸਾ ਬਣੇ ਸ਼ਰਧਾ ਬਣੇ ਤੇ ਅਸੀਂ ਆਪਣੇ ਪਿਆਰੇ ਸਤਿਗੁਰਾਂ ਤੋਂ ਦਾਤਾਂ ਲੈ ਸਕੀਏ ਮੈਂ ਭੋਲੇ ਪਾਸ ਹੀ ਕਹਿੰਨੇ ਆ ਪਤਾ ਨਹੀਂ ਮੇਰੇ ਤੇ ਗੁਰੂ ਕੇ ਸਾਹਿਬ ਕਿਉਂ ਨਾਰਾਜ ਨੇ ਖੁਰੇ ਸਤਗੁਰੂ ਦੇ ਘਰ ਕੁਛ ਹੈ ਵੀ ਕਿ ਨਹੀਂ ਭਾਵਨਾ ਚਾਹੀਦੀ ਸਤਗੁਰੂ ਤੇ ਇਹਨਾਂ ਦੇ ਰਹੇ ਨੇ ਪਰ ਲੈਣ ਵਾਲੇ ਨੂੰ ਸਮਝ ਨਹੀਂ ਆਉਂਦੀ ਮੈਂ ਹੋਰ ਕੀ ਲਵਾਂ ਭੰਡਾਰੇ ਪਰ ਭਰਪੂਰ ਕਰੀ ਜਾਂਦੇ ਨੇ ਦੇਂਦਾ ਦੇ ਲੈਂਦੇ ਥੱਕ ਪਾ ਕੇ ਜੁਗਾ ਜਗੰਤਰ ਖਾਈ ਖਾਏ ਸਤਗੁਰੂ ਜੀ ਮਿਹਰਾਂ ਕਰਨ ਸਾਡਾ ਅੰਦਰ ਗੁਰੂ ਕੇ ਬਚਨਾਂ ਨਾਲ ਸਦਾ ਲਈ ਤ੍ਰਿਪਤ ਹੋ ਜਾਵੇ ਜੀ ਇੰਨੇ ਬਚਨ ਪ੍ਰਵਾਨ ਕਰਨੇ ਪੁੱਲ ਚੁੱਕ ਦੀ ਖਿਮਾ ਕਰਨੀ ਫਤੇ ਬਲਾਉ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ